الله 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 ਸਾਡੇ ਘਰ ਜਿੱਦਣ ਗੋਸ਼ਤ ਪੱਕਾ ਵੇ ਅਸੀਂ ਕੁੰਡਾ ਮਾਰ ਲੈਂਦੇ ਕੋਈ ਅੰਦਰ ਨਾ ਆ ਜਾਏ ਸਾਡੇ ਮੁਸਲਮਾਨ ਇੰਜ ਦੇਣ ਅੱਲਾ ਹਦਾਇਤ ਨਸੀਬ ਫਰਮਾਏ ਪੁੱਤਰ ਤੂੰ ਇੱਧਰ ਤਾਰੇ ਸਿੱਧੇ ਹੋ ਕੇ ਬੈਗ ਤਕਰੀਸ ਖੋਤਾ ਕਟਿੰਗ ਤੇਰੀ ਕਟਿੰਗ ਕਿੱਡੀ ਸੋਹਣੀ ਤੇਰੇ ਅੱਬੇ ਨੂੰ ਸਵਾਬ ਮਿਲੇਗਾ ਤੇਰੀ ਕਟਿੰਗ ਦਾ ਅਰਜ਼ ਕਰਨਾ ਤਵੱਜੋ ਮੇਰੇ ਵੱਲ ਰੱਖਣੀ ਇਮਾਨਤਾ ਦਾ ਜੰਮ ਮੁੱਕਾ ਨਹੀਂ ਤੂੰ ਕਟਿੰਗ ਖੋਤਾ ਕਰਾਉਣਾ ਪਿਆ ਘਮਿਆਰ ਜਿਵੇਂ ਖੋਤੇ ਮੰਨਦੇ ਨੇ ਨਾ ਇੰਜ ਕਰਿਆ ਕਰ ਅੱਲਾ ਜਾਣਦਾ ਹਯਾ ਕਰਿਆ ਕਰੋ ਇੰਜ ਦੀ ਕਟਿੰਗ ਨਾ ਪੁੱਤਰੋ ਕਰਾਓ ਜੰਮ ਮੁੱਕੇ ਨਹੀਂ ਜੇ ਇੱਧਰ ਧਿਆਨ ਕਰ ਤੂੰ ਵੀ ਵੇਖ ਤੇਰੀ ਵੀ ਖੋਤਾ ਕਟਿੰਗ ਹੈ ਤੇ ਦੋਵੇਂ ਮੇਰੇ ਅੱਗੇ ਬਾ ਦਿੱਤੇ ਜੇ ਜ਼ਰਾ ਤਵੱਜੋ ਨਾਲ ਗੁਫ਼ਤਗੂ ਸੁਣਨੀ ਹੈ ਇੱਕ ਨੂੰ ਮੈਂ ਝਿੜਕਿਆ ਦੂਜਾ ਤਿਆਰ ਹੋ ਗਿਆ ਧਿਆਨ ਕਰ ਉਹਨੂੰ ਗੁਫ਼ਤਗੂ ਸੁਣਨੀ ਹੈ ਐਟਮਾਂ ਮੇਰੇ ਅੱਗੇ ਬਾਤੀਆਂ ਜੇ ਪੁੱਤਰੋ ਸਿੱਧੇ ਹੋ ਜਾਓ ਨਾ ਇੰਜ ਕਰਿਆ ਕਰੋ ਜੇ ਜੰਮ ਮੁੱਕੇ ਨਹੀਂ ਜੇ ਕਹਿੰਦੀਆਂ ਕੱਢਣਾ ਕਰਾਉਂਦੇ ਜੇ ਨਾ ਨੀਲਾ ਹਵਾਈਨਾ ਫਿਰ ਆਪਣੇ ਅੱਬੇ ਨੂੰ ਆਖੋਗੇ ਮੈਨੂੰ ਟੱਚ ਮੋਬਾਈਲ ਲੈ ਦੇ ਫਿਰ ਇਹ ਕਹੋਗੇ ਤੇ ਸਾਡੇ ਕੋਲ ਤੇ ਆ ਦੂਜੀ ਨਮਾਜ਼ ਤੇ ਕੋਈ ਸਪੀਡ ਆ ਜਾਏ ਨਾ ਤੇ ਜਿਹੜੇ ਕੱਖ ਨਹੀਂ ਨਾ ਦੇਣਾ ਹੁੰਦਾ ਉਹ ਸ਼ੂਮ ਆਉਂਦਾ ਉਹ ਇਹਨਾਂ ਨੇ ਮੰਗਣ ਦਾ ਢੰਗ ਬਣਾਇਆ ਤੇ ਤੂੰ ਅੱਜ ਕੱਲ੍ਹ ਸੋਨੇ ਦੀਆਂ ਇੱਟਾਂ ਦਿੱਤੀਆਂ ਨੇ ਮਸੀਤ ਮੇਰੀਆਂ ਗੱਲਾਂ ਹੀ ਕਰਨ ਜੋਗਾ ਨਹੀਂ ਸੱਚੀ ਗੱਲ ਮੈਂ ਤੇ ਹਰ ਇੱਕ ਦੀ ਲੰਬ ਲਾਉਂਦਾ ਰਹਿਣਾ ਤਾਂ ਕਿ ਲੋਕ ਸਿੱਧੇ ਹੋ ਜਾਣ ਮੁਆਸ਼ਰੇ ਤੇ ਬੋਲਣਾ ਜਿਹੜੀ ਹਦੀਸ ਬਿਆਨ ਕਰਾਂ ਉਹਦੇ 'ਚ ਮੈਂ ਮੁਆਸ਼ਰੇ ਦੀਆਂ ਕਈ ਕਈ ਬੁਰਾਈਆਂ ਲੋਕਾਂ ਨੂੰ ਨੋਟ ਕਰਾਉਣਾ ਕਿ ਆਹ ਵੀ ਆਪਣੇ 'ਚ ਵੱਟ ਕੱਢ ਲਓ ਆਹ ਵੀ ਵੱਟ ਕੱਢ ਲਓ ਨਹੀਂ ਤੇ ਫਰਿਸ਼ਤਿਆਂ ਤੁਹਾਡੇ ਕਬਰ 'ਚ ਵੱਟ ਕੱਢ ਦੇਣ ਹਾਂ ਲੱਗ ਪਤਾ ਜਾਣਾ ਉੱਥੇ ਜਾਂ ਰਾਹ ਪਿਆ ਜਾਣਾ ਜਾਂ ਵਾਹ ਪਿਆ ਜਾਣਾ ਮੈਨੂੰ ਇੱਕ ਬਾਬਾ ਆਂਦਾ ਮੌਲਵੀ ਜੀ ਉੱਥੇ ਵੱਟ ਨਿਕਲਣੇ ਮੈਂ ਜਾ ਕੇ ਵੇਖ ਲਾ ਮੈਂ ਜਿਹੜਾ ਬੰਦਾ ਗਲਤ ਕੰਮ ਕਰਕੇ ਜਾਊ ਉਹਦੇ ਵੱਟ ਨਿਕਲਣੇ ਜਿਹੜਾ ਇੱਥੇ ਇਸਤਰੀ ਕਰਕੇ ਜਾਏਗਾ ਨਾ ਅੱਲਾ ਇਨਸ਼ਾਅੱਲਾ ਸਿੱਧੇ ਰਸਤੇ ਕਰ ਦੇਵੇਗਾ ਹਾਂ ਅੱਲਾ ਸਾਰੀਆਂ ਮੰਜ਼ਲਾਂ ਸਾਨ ਕਰ ਦੇਵੇਗਾ ਨਾ ਲਿਖਿਆ ਕਰੋ ਐਸੀਆਂ ਬਾਤਾਂ ਕਈ ਮੁੰਡੇ ਬਾਹਾਂ 'ਤੇ ਲਿਖੀ ਫਿਰਦੇ ਨੇ ਬਲੇਟ ਨਾ ਅੱਲਾ ਨਾ ਕਰੇ ਭਾਈ ਵਿਕਾਸ ਵਾਕੂ ਜਵਾਨੀ 'ਚ ਬੰਦਾ ਚਲੇ ਜਾਏ ਅਤੇ ਕਬਰ ਜਦੋਂ ਫਰਿਸ਼ਤੇ ਆਣ ਕੇ ਆਖਣ ਮੈਂ ਰੱਬੂ ਕਾ ਅਤੇ ਜਦੋਂ ਇਹਦੀ ਕਲਾਈ ਵੇਖਣੀ ਤਾਂ ਉਹਨਾਂ ਆਖਣਾ ਇਹਦਾ ਕੀ ਹਿਸਾਬ ਲਾਣਾ ਇੰਟਰਨੈਸ਼ਨਲ ਬਗੈਰਤਾ ਆਇਆ ਨਹੀਂ ਗੱਲ ਸੱਚੀ ਹੱਸਣ ਵਾਲੀ ਤਾਂ ਗੱਲ ਹੀ ਨਹੀਂ ਹੁਣ ਆਖਣਾ ਇਹ ਤੇ ਮੋਹਰ ਲਵਾ ਕੇ ਆਇਆ ਬਗੈਰਤੀ ਦੀ ਜਿਹਾ ਨਹੀਂ ਗਰੀਬਾਂ ਨੂੰ ਚਰਬੀ ਪਸਲੀ ਬੋਲੋ ਤੇ ਲੋਕਾਂ ਲਈ ਪੂਰੀ ਪੂਰੀ ਲੱਤ ਰੱਖੀ ਹੁੰਦੀ ਕਈਆਂ ਬੰਦਿਆਂ ਹਜੇ ਤੱਕ ਫਰਿੱਜਾਂ 'ਚ ਰੱਖਿਆ ਹਜੇ ਤੱਕ ਉਹ ਗੋਸ਼ਤਾਂ ਦਾ ਮੈਨੂੰ ਨਮੂਨੀਆ ਹੋ ਗਿਆ ਖੁਦਾ ਦਾ ਨਾਂ ਕੱਢ ਲਓ ਉਹ ਆਂਦਾ ਕੱਢ ਲਓ ਮੇਰੇ ਨਾਲ ਬੜੀ ਹੋ ਗਈ ਮੈਨੂੰ ਅਗਲੇ ਦਿਨ ਇੱਕ ਬੀਬੀ ਦਾ ਫੋਨ ਆਇਆ ਐ ਮਦਨੀ ਸਾਹਿਬ ਆਉਂਦੇ ਨੇ ਕੁਰਬਾਨੀ ਦਾ ਗੋਸ਼ਤ ਮਰਮਾ ਤਾਂ ਪਹਿਲੋਂ ਪਹਿਲੋਂ ਖਾ ਲੈਣਾ ਚਾਹੀਦਾ ਮੈਂ ਨਹੀਂ ਜਿੰਨਾ ਚਿਰ ਤੁਸੀਂ ਮਰਨਾ ਜਾਓ ਉੰਨੀ ਚਿਰ ਖਾਂਦੇ ਹੀ ਰਹਿਣਾ ਚਾਹੀਦਾ ਹੁਣ ਤਾਂ ਭਾਈ ਚੌਧਰੀ ਬੰਦੇ ਮੈਂ ਵੇਖੇ ਨੇ ਕਰੋੜਾਂ ਪਤੀ ਅਤੇ ਉਹ ਲਿੱਸੀ ਜੀ ਕੁਰਬਾਨੀ ਲੈਂਦੇ ਉਹਨਾਂ ਦੇ ਛਤਰੇ ਨੂੰ ਹੱਥ ਲਾਈਏ ਨਾ ਉਂਝ ਹੀ ਬਹਿ ਜਾਂਦਾ ਕਸਮੇ ਮੈਂ ਤੁਹਾਨੂੰ ਮੀਰ ਮੀਰ ਬੰਦੇ ਵਿਖਾਉਣਾ ਜਿਨ੍ਹਾਂ ਦੀਆਂ ਕੁਰਬਾਨੀਆਂ ਲਿੱਸੀਆਂ ਅੱਲਾ ਕਹਿੰਦਾ ਜਿੱਡਾ ਮੀਰ ਹੋਵੇ ਓਡੀ ਉਹਦੀ ਤਗੜੀ ਕੁਰਬਾਨੀ ਹੋਵੇ ਮੈਂ ਦਿਲ ਦੀ ਨੀਅਤ ਵੇਖਣੀ ਹੈ ਗੋਸ਼ਤ ਨਹੀਂ ਵੇਖਣਾ ਅਤੇ ਇੱਥੇ ਜਦੋਂ ਲੈ ਆਉਣਗੇ ਨਾ ਤੇ ਕਈ ਉੱਲੂ ਦੇ ਪੱਠੇ ਹੱਥ ਲਾਈ ਜਾਣਗੇ ਕਿੰਨੇ ਦਾ ਲਿਆਂਦਾ 50,000 ਦਾ ਲਿਆਂਦਾ 33,000 ਦਾ ਹੁੰਦਾ ਅਤੇ ਨਾਲ ਕੋਲੋਂ ਠੋਕ ਦਿੰਦੇ ਨੇ ਕੁਰਬਾਨੀ ਤਾਂ ਕਬੂਲ ਹੋ ਗਈ ਨਾ ਫਿਰ ਨਾਲੇ ਕੁਰਬਾਨੀ ਨਾਲੇ ਝੂਠ ਅਤੇ ਜਿਹੜੇ ਉਂਝ ਕਈ ਰਾਹ 'ਚ ਪੁੱਛਣ ਵਾਲੇ ਐਵੇਂ ਮੂੰਹ ਸਲੂਣਾ ਕਰਨ ਵਾਲੇ ਉਹ ਹੱਥ ਲਾਉਣਗੇ ਆਖਣਗੇ ਸੁਣਾ ਫਿਰ ਕਿੰਨੇ ਦਾ ਲਿਆ 50,000 ਉਹ ਤੂੰ ਤਾਂ ਠੱਗਿਆ ਹੀ ਗਿਆ ਲੈ ਦੱਸ ਵੀ ਤੇਰੀ ਨਾ ਹਿੰਗ ਲੱਗੀ ਨਾ ਫਟਕਰੀ ਤੂੰ ਉਹਦਾ ਦਿਲ ਤੋੜ ਦਿੱਤਾ ਹੈ ਵੀ ਉਹਨੇ ਕਾਹਦਾ ਠਕੀਚਣਾ ਉਹਨੇ 50,000 ਦਾ ਲਿਆਂਦਾ ਉਹਦਾ 50 ਹੀ ਕਬੂਲ ਉਹਨੇ 20 ਦਾ ਲਿਆਂਦਾ ਉਹਦਾ 20 ਕਬੂਲ ਉਹਨੇ ਲੱਖ ਦਾ ਲਿਆਂਦਾ ਉਹਦਾ ਲੱਖ ਹੀ ਕਬੂਲ ਬੋਲੋ ਤਾਂ ਸਹੀ ਯਾਰ ਉਹਨੇ ਅੱਲਾ ਦੇ ਰਾਹ 'ਤੇ ਵਰਤਿਆ ਅੱਲਾਹੁ ਅੱਲਾਹੁ ਅੱਲਾਹੁ